ਸੋ ਸਭ ਤੋਂ ਪਹਿਲਾਂ ਬਿੱਗ ਸਟਾਰ ਬਾਇਓ ਚੈਨਲ ਵੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੋਸਤੋ, ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਉਸ ਇਨਸਾਨ ਦੀ ਗੱਲ ਕਰਨ ਜਾ ਰਹੇ ਹਾਂ ਜਿਹੜੇ ਜਿੰਨੇ ਜ਼ਿਆਦਾ ਸੋਹਣੇ ਹਨ ਉਹ ਤੋਂ ਵੀ ਸੋਹਣੀ ਉਹ ਪੱਗ ਬੰਨਦੇ ਹਨ, ਜਿਨ੍ਹਾਂ ਨੇ ਅੱਜ ਤੱਕ ਜਿੰਨੇ ਵੀ ਗੀਤ ਗਾਏ ਉਹ ਅਜਿਹੇ ਹੀ ਗਾਏ ਜੋ ਸਾਡੇ ਸੱਭਿਆਚਾਰ ਤੋਂ ਬਾਹਰ ਨਾ ਹੋਣ। ਤਾਂ ਹੀ ਤਾਂ ਇਹਨਾਂ ਦੇ ਚੋਣ ਵਾਲਿਆਂ ਦੀ ਗਿਣਤੀ ਅੱਜ ਲੱਖਾਂ ਦੇ ਵਿੱਚ ਹੈ। ਜੀ ਹਾਂ, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਭ ਦੇ ਹਰਮਨ ਪਿਆਰੇ ਗਾਇਕ ਇੰਦਰਜੀਤ ਨਿੱਕੂ ਦੇ ਬਾਰੇ, ਜਾਣਾਂਗੇ ਇਹਨਾਂ ਦੇ ਜੀਵਨ ਅਤੇ ਸੰਘਰਸ਼ਮਈ ਜੀਵਨ ਦੇ ਬਾਰੇ। ਦੋਸਤੋ, ਜੇਕਰ ਤੁਸੀਂ ਇਹਨਾਂ ਦੇ ਫੈਨ ਹੋ ਤਾਂ ਵੀਡੀਓ ਨੂੰ ਲਾਈਕ ਕਰ ਦਿਉ ਜੀ, ਅਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਕਿਉਂਕਿ ਆਪਾਂ ਇਸ ਤਰ੍ਹਾਂ ਦੀਆਂ ਇੰਟਰਸਟਿੰਗ ਵੀਡੀਓ ਆਪਣੇ ਚੈਨਲ 'ਤੇ ਅਪਲੋਡ ਕਰਦੇ ਹੀ ਰਹਿੰਦੇ ਹਾਂ। ਬਹੁਤਾ ਸਮਾਂ ਨਾ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਇਹ ਵੀਡੀਓ। ਸਭ ਤੋਂ ਪਹਿਲਾਂ ਇਹਨਾਂ ਦਾ ਜਨਮ ਮਿਤੀ 15 ਸਤੰਬਰ 1975 ਨੂੰ ਪਿੰਡ ਜੱਸੜ ਲੁਧਿਆਣਾ ਪੰਜਾਬ ਦੇ ਵਿੱਚ ਹੋਇਆ। ਜੇ ਗੱਲ ਕਰੀਏ ਆਪਾਂ ਇਹਨਾਂ ਦੀ ਪੜ੍ਹਾਈ ਦੀ, ਤਾਂ ਦੋਸਤੋ ਇਹਨਾਂ ਨੇ ਆਪਣੀ ਸਕੂਲੀ ਪੜ੍ਹਾਈ ਗਵਰਨਮੈਂਟ ਹਾਈ ਸਕੂਲ ਖਾਨਪੁਰ ਤੋਂ ਕੰਪਲੀਟ ਕੀਤੀ ਅਤੇ ਇਹਨਾਂ ਨੇ ਆਪਣੇ ਕਾਲਜ ਦੀ ਪੜ੍ਹਾਈ ਗਵਰਨਮੈਂਟ ਕਾਲਜ ਕਰਮਸਾਰ ਰਾੜਾ ਸਾਹਿਬ ਤੋਂ ਕੰਪਲੀਟ ਕੀਤੀ। ਜੇ ਗੱਲ ਕਰੀਏ ਆਪਾਂ ਇੰਦਰਜੀਤ ਨਿੱਕੂ ਦੇ ਵਿਆਹ ਦੀ, ਤਾਂ ਦੋਸਤੋ ਇਹਨਾਂ ਦਾ ਵਿਆਹ ਰਮਨਜੀਤ ਕੌਰ ਦੇ ਨਾਲ ਹੋਇਆ ਅਤੇ ਇਹਨਾਂ ਦੇ ਕੋਲ ਦੋ ਬੇਟੇ ਵੀ ਹਨ। ਇੰਦਰਜੀਤ ਨਿੱਕੂ ਜੀ ਦਾ ਜਨਮ ਇੱਕ ਬਹੁਤ ਹੀ ਮੱਧ ਵਰਗ ਪਰਿਵਾਰ ਦੇ ਵਿੱਚ ਹੋਇਆ। ਬਚਪਨ ਤੋਂ ਹੀ ਇੰਦਰਜੀਤ ਨਿੱਕੂ ਜੀ ਨੂੰ ਗਾਉਣ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਸੀ। ਇਹ ਅਕਸਰ ਹੀ ਆਪਣੇ ਪਿੰਡ ਦੇ ਪ੍ਰੋਗਰਾਮਾਂ 'ਤੇ ਗਾਉਂਦੇ ਹੁੰਦੇ ਸੀ ਅਤੇ ਸਾਰੇ ਲੋਕ ਇੰਦਰਜੀਤ ਨਿੱਕੂ ਦੀ ਗਾਇਕੀ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੇ। ਦੱਸ ਦਈਏ ਕਿ ਇੰਦਰਜੀਤ ਨਿੱਕੂ ਆਪਣੇ ਪਰਿਵਾਰ ਦੇ ਵਿੱਚ ਇਕੱਲੇ ਹੀ ਅਜਿਹੇ ਸਨ ਜੋ ਗਾਉਣ ਦਾ ਸ਼ੌਂਕ ਰੱਖਦੇ ਸੀ। ਇਹਨਾਂ ਦਾ ਕੋਈ ਖਾਸ ਵੱਡੇ ਸਿੰਗਰ ਬਣਨ ਦਾ ਸੁਪਨਾ ਨਹੀਂ ਸੀ, ਪਰ ਇਹਨਾਂ ਦੇ ਦਿਲ ਦੇ ਵਿੱਚ ਇੱਕ ਇੱਛਾ ਜ਼ਰੂਰ ਸੀ ਕਿ ਮੈਂ ਇੱਕ ਵਾਰ ਜਲੰਧਰ ਦੂਰਦਰਸ਼ਨ ਟੀਵੀ ਦੇ ਸ਼ੋਅ ਲਸ਼ਕਾਰਾ ਦੇ ਵਿੱਚ ਜ਼ਰੂਰ ਗਾਉਣਾ ਹੈ। ਪਰਮਾਤਮਾ ਦੀ ਮਿਹਰ ਦੇ ਨਾਲ ਇਹਨਾਂ ਨੂੰ ਉਸ ਸ਼ੋਅ ਦੇ ਵਿੱਚ ਸਾਥੋਂ ਜੋਗੀ ਬਣਿਆ ਨਹੀਂ ਜਾਣਾ ਗੀਤ ਗਾਉਣ ਦਾ ਮੌਕਾ ਮਿਲਿਆ। ਦਰਸ਼ਕਾਂ ਨੇ ਇੰਦਰਜੀਤ ਨਿੱਕੂ ਦੀ ਆਵਾਜ਼ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ। ਜੇ ਗੱਲ ਕਰੀਏ ਆਪਾਂ ਇਹਨਾਂ ਦੇ ਮਿਊਜ਼ੀਕਲ ਕਰੀਅਰ ਦੀ, ਤਾਂ ਦੋਸਤੋ ਇਹਨਾਂ ਨੇ ਸੰਨ 1995 ਦੇ ਵਿੱਚ ਨਸ਼ਾ ਜਵਾਨੀ ਦਾ ਐਲਬਮ ਤੋਂ ਸ਼ੁਰੂਆਤ ਕੀਤੀ, ਪਰ ਉਹਨਾਂ ਦੀ ਇਹ ਐਲਬਮ ਕੋਈ ਖਾਸ ਹਿੱਟ ਨਾ ਹੋ ਸਕੀ। ਇੰਦਰਜੀਤ ਨਿੱਕੂ ਨੂੰ ਅਸਲ ਪਹਿਚਾਣ ਉਹਨਾਂ ਦੀ ਐਲਬਮ ਨਸੀਬੋ ਚੇਤੇ ਕਰਦੀਆ ਤੋਂ ਮਿਲੀ, ਜੋ ਕਿ ਐਲਬਮ ਵੱਡੀ ਮਾਤਰਾ ਦੇ ਵਿੱਚ ਸੁਪਰ ਡੁਪਰ ਹਿੱਟ ਹੋ ਕੇ ਲੋਕਾਂ ਦੇ ਸਾਹਮਣੇ ਪੇਸ਼ ਹੋਈ। ਇਸ ਤੋਂ ਬਾਅਦ ਇੰਦਰਜੀਤ ਨਿੱਕੂ ਨੇ ਕਈ ਸੁਪਰ ਹਿੱਟ ਗੀਤ ਆਪਣੇ ਚਾਹੁਣ ਵਾਲਿਆਂ ਦੀ ਝੋਲੀ ਪਾਏ, ਜਿਵੇਂ ਕਿ ਸਿੰਘ ਇਜ਼ ਕਿੰਗ, ਮੁਮਤਾਜ਼, ਬਾਪੂ ਕੋਲੋਂ ਮਿਲੀ ਸਰਦਾਰੀ, ਛੱਡਦਾ ਦੇ ਦੂਰ ਵਰਗੇ ਗੀਤ ਇਹਨਾਂ ਦੇ ਵੱਡੀ ਮਾਤਰਾ ਦੇ ਵਿੱਚ ਹਿੱਟ ਹੋਏ। ਦਰਸ਼ਕਾਂ ਨੇ ਇੰਦਰਜੀਤ ਨਿੱਕੂ ਦੀ ਆਵਾਜ਼ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ। ਦੋਸਤੋ ਜਿੱਥੇ ਇਹ ਬਹੁਤ ਹੀ ਵਧੀਆ ਗਾਇਕ ਹਨ, ਉੱਥੇ ਇੰਦਰਜੀਤ ਨਿੱਕੂ ਇੱਕ ਬਹੁਤ ਹੀ ਵਧੀਆ ਐਕਟਰ ਵੀ ਹਨ। ਸੰਨ 2013 ਦੇ ਵਿੱਚ ਇਹਨਾਂ ਨੇ ਦਿਲ ਪਰਦੇਸੀ ਹੋ ਗਿਆ ਮੂਵੀ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਇਹਨਾਂ ਨੇ ਮੇਰੇ ਯਾਰ ਕਮੀਨੇ, ਜਾਨ ਤੋਂ ਪਿਆਰੇ ਵਰਗੀਆਂ ਸੁਪਰਹਿੱਟ ਫਿਲਮਾਂ ਦੇ ਵਿੱਚ ਕੰਮ ਕੀਤਾ। ਦਰਸ਼ਕਾਂ ਨੇ ਇੰਦਰਜੀਤ ਨਿੱਕੂ ਦੀ ਐਕਟਿੰਗ ਨੂੰ ਵੀ ਬਹੁਤ ਹੀ ਜ਼ਿਆਦਾ ਪਸੰਦ ਕੀਤਾ। ਦੋਸਤੋ ਇਹ ਆਪਣੀ ਸਿਹਤ ਦੇ ਪ੍ਰਤੀ ਬਹੁਤ ਹੀ ਜ਼ਿਆਦਾ ਕੇਅਰਫੁੱਲ ਹਨ। ਇੰਦਰਜੀਤ ਨਿੱਕੂ ਜੀ ਹਰ ਰੋਜ਼ ਜਿੰਮ ਜਾਂਦੇ ਹਨ। ਇੰਦਰਜੀਤ ਨਿੱਕੂ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿ ਪੰਜਾਬੀ ਗਾਇਕ ਦਲਜੀਤ ਦੋਸਾਂਝ ਉਹਨਾਂ ਨੂੰ ਆਪਣੇ ਤਾਏ ਦਾ ਮੁੰਡਾ ਦੱਸਦੇ ਸੀ, ਕਿਉਂਕਿ ਜਦੋਂ ਇੰਦਰਜੀਤ ਨਿੱਕੂ ਜੀ ਪੂਰੇ ਹਿੱਟ ਸਨ ਤਾਂ ਉਸ ਸਮੇਂ ਦਲਜੀਤ ਦੋਸਾਂਝ ਅਕਸਰ ਹੀ ਉਹਨਾਂ ਦੇ ਗੀਤ ਸੁਣਦੇ ਸੀ। ਆਪਣੇ ਦੋਸਤਾਂ ਦੇ ਉੱਪਰ ਚੰਗਾ ਪ੍ਰਭਾਵ ਪਾਉਣ ਦੇ ਲਈ ਦਲਜੀਤ ਦੋਸਾਂਝ ਇੰਦਰਜੀਤ ਨਿੱਕੂ ਨੂੰ ਆਪਣੇ ਤਾਇਆ ਜੀ ਦਾ ਮੁੰਡਾ ਦੱਸਦੇ ਸੀ, ਅਤੇ ਜਦੋਂ ਇਹ ਦੋਸਤੋ ਸਕੂਲ ਜਾਂਦੇ ਸੀ ਤਾਂ ਇਹ ਪੱਗ ਵੀ ਇੰਦਰਜੀਤ ਨਿੱਕੂ ਦੇ ਵਰਗੀ ਬਣ ਕੇ ਜਾਂਦੇ ਸੀ। ਸੋ ਦੋਸਤੋ ਇਹ ਬਾਇਓਗ੍ਰਾਫੀ ਸੀ ਪੰਜਾਬ ਦੇ ਪ੍ਰਸਿੱਧ ਸਿੰਗਰ ਇੰਦਰਜੀਤ ਨਿੱਕੂ ਦੇ ਬਾਰੇ। ਵੀਡੀਓ ਕਿੱਦਾਂ ਲੱਗੀ ਨੀਚੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਮਿਲਦਾ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਧੰਨਵਾਦ।